ਉਹਨਾਂ ਨੂੰ 20 30 ਸਾਲ ਨੌਕਰੀਆਂ ਕਰਦਿਆਂ ਨੂੰ ਹੋ ਗਏ ਇਹਦਾ ਮਤਲਬ ਉਹਨਾਂ ਨੂੰ ਕੁਝ ਨਹੀਂ ਪਤਾ। ਆ 70 70 ਸਾਲ ਦੇ ਹੋਏ ਬੈਠੇ ਆ ਕੁਰਾਲੇ ਨੂੰ ਲਾਉਣੇ ਪੈਂਦੇ ਆ ਜੀ ਕੋਈ ਹੱਲ ਨਹੀਂ ਗਿਆ। ਇਹ ਖਾਣੇ ਬਾਹਰ ਨਾਲ ਸਟੇਟਾਂ ਚੌਲ ਅਸੀਂ ਖਾਣੇ ਨਹੀਂ, ਸਾਡੇ ਹਰੀ ਕ੍ਰਾਂਤੀ ਦੇ ਨਾਂ ਤੇ ਸਾਡੇ ਤੇ ਥੋਪਿਆ ਗਿਆ ਸੀਗਾ। ਪੰਜਾਬ ਦੇ ਵਿੱਚ ਪਰਾਲੀ ਦਾ ਮਾਹੌਲ ਹੈ ਇਸ ਵਕਤ, ਪੂਰਾ ਭਕਿਆ ਹੋਇਆ ਹੈ ਨਾ, ਧੂੰਆਂ ਅਸਮਾਨਾਂ ਨੂੰ ਚੜਿਆ ਹੋਇਆ, ਅੱਖਾਂ ਮੱਚੀ ਜਾਂਦੀਆਂ, ਮੱਚਦੀਆਂ ਇਹਨਾਂ ਦੀਆਂ ਵੀ ਹੈ ਜਿਨ੍ਹਾਂ ਨੇ ਅੱਗ ਲਾਈ ਹੈ, ਪਰਾਲੀ ਮਚਾਈ ਹੈ, ਅੱਖਾਂ ਇਹਨਾਂ ਦੀਆਂ ਵੀ ਮੱਚਦੀਆਂ, ਪਰ ਜ਼ਿਆਦਾ ਤਕਲੀਫ ਉਹਨਾਂ ਨੂੰ ਆਉਂਦੀ ਜਿਨ੍ਹਾਂ ਨੇ ਕੁਛ ਕੀਤਾ ਵੀ ਨੀਗਾ। ਤੇ ਆਪਾਂ ਕਿਸਾਨ ਖੜੇ ਹੈ, ਗੱਲਬਾਤ ਕਰਦੇ ਹਾਂ। ਆ ਬਾਈ ਜੀ ਕਸੀਆਂ ਮੜੇ ਪਾਸੇ ਕਰ ਲਓ ਯਾਰ, ਫਾਇਦਾ ਨਹੀਂ ਫਾਇਦਾ ਐ ਨਹੀਂ ਫਾਇਦਾ ਕੁਝ ਨਹੀਂ। बहुत हल है इस चीज क्यों नहीं हल है ही नहीं कोई हल तू दस दे की है ਸੁਪਰ ਸੀਡਰ ਕਹਿੰਦੇ ਹੁੰਦੇ ਇੱਕ, ਸੁਪਰ ਸੀਡਰ ਨਾਲ ਤੁਸੀਂ ਕਣਕ ਬੀਜ ਸਕਦੇ, ਕਿਉਂ ਨਹੀਂ ਬੀਜਦੇ? ਟਰੈਕਟਰ ਚਾਹੀਦਾ 75 HP ਦਾ ਲਿਆ ਦੇ ਲੈ, ਮੈਂ ਬੀਜ ਲੈ ਕਰੂੰਗਾ 75 HP ਦਾ। ਪਿੰਡਾਂ 'ਚੋਂ ਐਡੇ ਐਡੇ ਵੱਡੇ ਟਰੈਕਟਰ ਆ ਯਾਰ, ਐਡੇ ਐਡੇ ਵੱਡੇ ਵੱਡੇ ਟਰੈਕਟਰ ਨਹੀਂ ਹੁੰਦੇ HP ਵੀ। ਉਹ ਸੌਰੀ 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 ਮੈਂ ਗਲਤ ਬੜੇ, ਉਹਨਾਂ ਦੇ MP ਵੱਡੇ ਵੱਡੇ ਹੁੰਦੇ ਆ ਜਿਹੜੇ ਉਹ 25 25 MP ਕਿੰਨੇ ਕਿੰਨੇ ਦੇ ਹੁੰਦੇ ਆ। ਰੈਂਪ ਹਰੇਕ ਦੇ ਨਹੀਂ ਹੁੰਦੇ, 100 'ਚੋਂ ਇੱਕ ਅੱਧਾ ਹੁੰਦਾ, ਬਦਨਾਮ ਸਾਰੇ ਕਰ ਦਿੰਦੇ ਹੁੰਦੇ ਆ। ਅੱਛਾ, ਜਿਹੜੇ 100 'ਚੋਂ ਇੱਕ ਦੇ ਲੱਗੇ ਉਹਨਾਂ ਨੂੰ ਕਹਿੰਦੇ ਭਰਾਵਾ ਤੁਹਾਡੇ ਕਰਕੇ ਸਾਰੇ ਬਦਨਾਮ ਹੁੰਦੇ, ਇਹਨਾਂ ਨੂੰ ਲਾ ਦਿਓ। ਅੱਛਾ, ਹੋਰ ਗੱਲ ਸੁਣਾ ਵੀ ਐਂਪ ਜੇ ਲਵਾ ਲਿਆ, ਚਲੋ ਹੁੰਦਾ 100 'ਚੋਂ ਇੱਕ ਦੇ, ਜਿਹੜਾ 100 'ਚੋਂ ਇੱਕ ਨੇ ਵੀ ਲਵਾਇਆ ਤੇ ਉਹ ਗਲਤ ਕੀ ਹੋ ਜਾ? ਇਹ ਹਜੇ ਸਮਝ ਘੱਟ ਹੈ ਇਹਨੂੰ। ਅੱਛਾ ਜਗਤਾਰ ਸਿੰਘ ਜੀ, ਪਰਾਲੀ ਨੌਕ ਲਾਉਣੇ ਤੁਸੀਂ? ਬਿਲਕੁਲ ਲਾਉਣੇ ਜੀ। ਨਹੀਂ ਬਿਲਕੁਲ ਲਾਉਣੇ ਆ, ਇਹਦਾ ਕੀ ਮਤਲਬ ਵੀ ਐਂ ਕਿਉਂ ਨਹੀਂ ਕਹਿੰਦੇ ਵੀ ਅਸੀਂ ਨਹੀਂ ਲਾਉਂਦੇ? ਇਹਦਾ ਲਾਜ ਕੋਈ ਹੱਲ ਹੀ ਨਹੀਂ, ਦੱਸੋ ਕੀ ਕਰੀਏ ਇਹਦਾ? ਹੱਲ ਕਹਿ ਕੇ ਹਟਿਆ ਵੀ ਸੁਪਰ ਸੀਡਰ ਨਾ ਬੀਜੋ, ਵੱਡੇ ਟਰੈਕਟਰ ਕੋਈ ਨਾ ਕੋਈ ਦੇਖ ਲਓ। ਫੇਲ ਆ ਸੁਪਰ ਸੀਡਰ? ਕਿਉਂ? ਹਾਂ ਫੇਲ ਆ ਬਾਈ, ਬਿਲਕੁਲ ਫੇਲ ਆ। ਕਿਵੇਂ ਫੇਲ ਆ? ਜ਼ੀਰੋ ਰਿਜ਼ਲਟ ਆ, ਹੋਰ ਦੱਸੋ। ਕਿਉਂ ਜ਼ੀਰੋ ਰਿਜ਼ਲਟ? ਉਹਦੀ ਕਣਕ ਜਿਹੜੀ ਬੀਜਦੇ ਆ ਉਹ ਕਾਮਯਾਬ ਹੀ ਨਹੀਂ ਹੁੰਦੀ, ਕਿਉਂ ਚੂਹਾ ਪੈ ਜਾਂਦਾ, ਪਾਣੀ ਉਹ ਚ ਨਹੀਂ ਸੁੱਕਦਾ ਹੈਗਾ, ਹੁਣ ਕੀ ਹੱਲ ਆ ਇਹਦਾ? ਸਹੀ ਗੱਲ ਹੈ, ਬਿਲਕੁਲ ਬਿਲਕੁਲ ਇਹੀ ਗੱਲ ਹੈ, ਬਿਲਕੁਲ ਰਾਈਟ। ਵੀ ਤੁਸੀਂ ਕਹਿੰਦੇ ਵੀ ਸੁਪਰ ਸੀਡਰ ਇਹਦਾ ਹੱਲ ਨਹੀਂ ਹੈ? ਨਹੀਂ ਹੈ। ਹੋਰ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹੋਰ ਹੱਲ? ਪਹਿਲਾਂ ਕਹਿ ਕੇ ਟਾਈਮ ਵੀ ਸੁਪਰ ਸੀਡਰ ਵਾਸਤੇ ਟਰੈਕਟਰ ਚਾਹੀਦਾ 75 HP 90 HP ਦਾ ਘੱਟੋ ਘੱਟ। ਉਹ ਕਿਹੜੇ ਕਿਹੜੇ ਹੁੰਦੇ ਆ, ਮਤਲਬ ਨਾ ਲਓ ਕਿਸੇ ਟਰੈਕਟਰ ਦਾ? 4x4 56 ਵੀ ਹੈਗਾ, 5530 ਆ ਗਿਆ, ਜਾਂ ਜੌਂਡੀਅਰ 4x, ਜਿਹੜਾ ਮਤਲਬ ਕੁੱਲ ਮਿਲਾ ਕੇ ਤੈਨੂੰ ਪੰਜਾਬੀ ਵਿੱਚ ਦੱਸਾਂ ਵੀ 4x4 ਟਰੈਕਟਰ ਜਿਹੜੇ ਉਹ ਖਿੱਚਦੇ ਆ, ਉਹਨਾਂ ਨੂੰ 36 ਦੀ ਆ ਟਰੈਕਟਰ ਖਿੱਚ ਤਾਂ ਲੈਂਦਾ ਪਰ ਹੈ ਖਿੱਚ ਤੂੰ ਹੀ ਆ। ਕਿੰਨੇ ਦਾ ਹੁੰਦਾ 4x4? 4x4 ਦਾ 10 ਤੋਂ 12 15 ਲੱਖ ਦੇ ਆਉਂਦੇ ਆ। ਅੱਛਾ, 10 ਤੋਂ 15 ਦਾ ਮੇਰੇ ਖਿਆਲ 'ਚ ਸ਼ਹਿਰ ਪਿੰਡ ਟਰੈਕਟਰ ਨਹੀਂ ਹੁੰਦਾ ਹਨਾ? ਛੋਟਾ ਜ਼ਿਮੀਂਦਾਰ 10 ਤੋਂ 15 ਲੱਖ ਦਾ ਲਿਆਊ ਕਿੱਥੋਂ? ਤੇ ਜਿਹੜੀਆਂ ਆਪਣੇ ਪਿੰਡਾਂ 'ਚ ਸੁਸਾਇਟੀਆਂ ਬਣੀਆਂ ਹੁੰਦੀਆਂ ਉਹਨਾਂ ਦੇ ਵਿੱਚ ਕਿਰਾਏ ਤੇ ਮਿਲਦੀਆਂ ਨਾ ਚੀਜ਼ਾਂ, ਉਹਨਾਂ 'ਚ ਹੈਗੇ ਕੋਈ ਟਰੈਕਟਰ ਇਹ ਜਿਹੇ? ਸੁਸਾਇਟੀਆਂ ਦੇ ਵਿੱਚ ਵੱਧ ਤੋਂ ਵੱਧ ਇੱਕ ਟਰੈਕਟਰ ਹੋਊ, ਪਹਿਲੀ ਗੱਲ 4x4 ਤਾਂ ਹੁੰਦਾ ਨਹੀਂ, ਜੇ ਹੋਊ ਤਾਂ ਇੱਕ ਹੋਊਗਾ, ਸੁਪਰ ਸੀਡਰ ਵੀ ਹੋਊ ਤਾਂ ਇੱਕ ਹੋਊਗਾ, ਸਾਰੇ ਪਿੰਡ ਦੀ ਕਣਕ ਬੀਜ ਦੂ। ਅੱਛਾ ਚਲੋ, ਹੁਣ ਤੁਸੀਂ ਕਹਤਾ ਵੀ ਇਸ ਵਕਤ ਕੋਈ ਹੱਲ ਨਹੀਂ ਹੈਗਾ, ਪਰ ਜੇ ਆਪਾਂ ਗੱਲ ਕਰੀ ਵੀ ਹੱਲ ਕੋਈ ਥੋੜੀ ਨਿਗਾਹ 'ਚ ਹੈ ਜਿਹੜਾ ਕੱਢਿਆ ਜਾ ਸਕੇ ਤੇ ਆਪਾਂ ਸਰਕਾਰ ਤੱਕ ਗੱਲ ਪਹੁੰਚਾਈਏ? ਹੱਲ ਕੱਢੀ ਬੈਠਾ ਸੀਖਾਂ ਦੀ ਡੱਬੀ ਸਾਡੇ ਕੋਲ ਤਾਂ ਹੈਗੀ ਆ। ਗੱਲ ਖਤਮ, ਸਾਰੀ ਦੁਨੀਆ ਦੇ ਸਵਾਲ ਜਵਾਬ ਇੱਥੇ ਖਤਮ ਹੋ ਗਏ, ਕਹਿੰਦੇ ਸਾਡੇ ਕੋਲੇ ਹੱਲ ਹੈਗਾ ਸਿੱਖ ਵਾਲੀ ਰਬੀ, ਰੁਪਈਏ ਦੀ ਵੀ ਨਹੀਂ ਆਉਂਦੀ ਸ਼ਾਇਦ, ਉਹਦੇ ਨਾਲ ਹੀ ਹੱਲ ਇਹਨਾਂ ਨੇ ਨਿਬੇੜਤਾ, ਇਹਨਾਂ ਨਾਲ ਹੁਣ ਕੀ ਗੱਲਬਾਤ ਕਰਾਂਗੇ ਆਪਾਂ? ਹੋਰ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਲਾਉਣੇ ਹੀ ਪਰਾਲੀ ਨੂੰ ਅੱਗ? ਹਾਂ, ਲਾਉਣੀ ਪੈਂਦੇ, ਕੋਈ ਲਾਜ ਹੀ ਨਹੀਂ ਜੀ, ਜੇ ਹੁਣ ਪਰਾਂ ਪਰਾਂ ਬਣਾਉਂਦੇ ਤਾਂ ਕੋਈ ਚੱਕ ਹੀ ਨਹੀਂ ਲਿਆਂਦਾ, ਦੱਸ ਦਿਨ ਪੰਗਾ ਜਿਹੜੀਆਂ ਗੱਠਾਂ ਬਣਾਉਂਦੇ ਉਹ ਕੋਈ ਲੈ ਜਾਂਦਾ ਨਹੀਂ, ਚੱਕ ਨਹੀਂ ਲਿਆਂਦਾ, ਬਣਾ ਕੇ ਛੱਡ ਜਾਂਦੇ ਆ ਕਿਰਾ ਵੀ ਤੁਹਾਡੇ ਹਿਸਾਬ ਨਾਲ ਤੁਹਾਡੇ ਕੋਲੇ ਕੋਈ ਹੱਲ ਨਹੀਂ? ਹਾਂ, ਕੋਈ ਹੱਲ ਨਹੀਂ ਜੀ। ਅੱਛਾ, ਤੇ ਆਪਾਂ ਬਾਈ ਜੀ ਨਾਲ ਵੀ ਗੱਲਬਾਤ ਕਰਦੇ। ਬਾਈ ਜੀ ਕੀ ਨਾਮ ਹੈ? ਇੱਧਰ ਮਤਲਬ ਵੀ ਜੇ ਤੁਸੀਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਤਾਂ ਫਿਰ ਗਾਂਹ ਜਿਹੜੀ ਫਸਲ ਹੈ ਉਹ ਕਾਮਯਾਬ ਨਹੀਂ ਹੁੰਦੀ? ਹੁੰਦੀ ਨਹੀਂ, ਉਹ ਜਾ ਕੇ ਵੇਖੇ ਉੱਥੇ ਰਾਹ ਦੇ ਨਾਲ ਆ ਜਾਵਾਂ, ਸੁੰਡੀ ਪੈਂਦੀ ਆ ਉਹਨੂੰ, ਪੈ ਜਾਂਦੀ ਆ। ਸੋ ਕਿਸਾਨਾਂ ਦੀਆਂ ਤਕਲੀਫਾਂ ਆਪਾਂ ਸੁਣ ਰਹੇ ਆ ਹਨਾ, ਆਪਾਂ ਗੱਲਬਾਤ ਦੀ ਕੋਸ਼ਿਸ਼ ਕਰ ਰਹੇ ਆ ਤੇ ਸੁਣਗੇ ਕਿੱਥੇ ਆ ਦੋ ਤਕਲੀਫਾਂ? ਭਾਈ ਜੀ ਸੁਣਾ ਦੋ ਇਹਨਾਂ ਵੱਲ, ਬਾਈ ਜੀ ਕਲੋਜ਼ ਕਰੋ ਇਹਨਾਂ ਦੀਆਂ ਤਕਲੀਫਾਂ ਪਹਿਲਾਂ ਸੁਣੋ। ਮੈਂ ਤੈਨੂੰ ਦੱਸ ਦਿਆਂ ਅੱਜ ਇੱਥੇ, ਅੱਜ ਤੂੰ ਆਇਆ ਤਾਂ ਤੈਨੂੰ ਸਾਰੀਆਂ ਤਕਲੀਫਾਂ ਦੱਸ ਕੇ ਤੋਰਾਂਗੇ। ਅੱਜ ਝੋਨਾ ਵੱਢੇ ਨੂੰ 15 ਦਿਨ ਹੋ ਗਏ, ਆਹ ਪਿਆ ਢੇਰ ਹਜੇ ਵਿਕਿਆ ਨਹੀਂ ਗਿਆ, ਦਿਖਾ ਦਿਓ ਭਾਈ। ਠੀਕ ਹੈ, ਇਹ ਕਿਉਂ ਨਹੀਂ ਵਿਕਿਆ ਆਪਾਂ ਇਹ ਵੀ ਗੱਲਬਾਤ ਕਰਦੇ ਆ, ਕਿਹਦੀ ਨਲਾਇਕੀ ਹੈ, ਕੀ ਵਜ੍ਹਾ ਇਹਦੀ ਗੱਲਬਾਤ ਕਰਦੇ ਆ, ਕਿਉਂ ਨਹੀਂ ਵਿਕਿਆ? ਨਲਾਇਕੀ ਸਾਰੀ A to Z ਹੈਗੀ ਆ ਸਰਕਾਰ ਦੀ, ਤੁਹਾਡੀ ਕੋਈ ਨਹੀਂ ਯਾਰ। ਸਾਡੀ ਹੁਣ ਇਹਨਾਂ ਦੀ ਆ, ਸਾਡੇ ਬੁੜਾਂ ਦੀ ਵੇਖ ਲੈ, ਇੱਥੇ ਦਾੜੀਆਂ ਚਿੱਟੀਆਂ ਹੋਊਗਾ ਖੇਤੀ ਕਰਦਿਆਂ ਦੀਆਂ, ਉਮਰ ਹੈਗੀ ਇੱਥੇ ਬੈਠਣ ਨੂੰ, ਚਿੱਟੀਆਂ ਜੀ ਕਰਦਾ ਬੈਠਣ ਨੂੰ, ਚਿੱਟੀਆਂ ਦਾੜੀਆਂ ਹੋਊਗਾ ਸਾਰੀ ਉਮਰ ਲੰਘ ਗਈ, ਤੇ ਇਹਨਾਂ ਨੂੰ ਹਜੇ ਪਤਾ ਹੀ ਨਹੀਂਗਾ ਵੀ ਕੀ ਹਜੇ ਕੀ ਹਿਸਾਬ ਕਿਤਾਬ ਹੁੰਦਾ, ਫਸਲ ਕਿਵੇਂ ਬੀਜੀ ਜਾਂਦੀ ਹੁੰਦੀ, ਇਹ ਗਲਤੀਆਂ ਕਰਨਗੇ ਇੱਥੇ? ਇਹਨਾਂ ਦਾ ਕਹਿਣ ਤਾਂ ਭਾਵ ਇਹ ਹੈ ਵੀ ਜਿਹੜੇ ਮਹਿਕਮੇ ਦੇ ਵਿੱਚ ਬੈਠੇ ਉਹਨਾਂ ਨੂੰ ਡੱਕਾ ਹੀ ਨਹੀਂ ਪਤਾ, ਆਹ ਕਹਿਣ ਦੀ ਕੋਸ਼ਿਸ਼ ਹੀ ਕਰ ਰਹੇ ਹਨ। AC ਦੇ ਵਿੱਚ ਬਹਿ ਕੇ ਸਾਨੂੰ ਆਖਣਗੇ ਪਰਾਲੀ ਨੂੰ ਅੱਗ ਨਹੀਂ ਲਾਉਣੀ, ਫਲਾਣੇ ਨਾਲ ਬੀਜ ਦਿਓ, ਧੌਂਕੇ ਨਾਲ ਬੀਜ ਦਿਓ, ਜਦੋਂ ਫੀਲਡ ਦੇ ਵਿੱਚ ਆਉਂਦਾ ਨਾ ਪਤਾ ਤਾਂ ਅਸਲ 'ਚ ਉਦੋਂ ਲੱਗਦਾ ਹੈਗਾ। ਯਾਰ ਉਹਨਾਂ ਨੂੰ 20 30 ਸਾਲ ਨੌਕਰੀਆਂ ਕਰਦਿਆਂ ਹੋ ਗਏ, ਇਹਦਾ ਮਤਲਬ ਉਹਨਾਂ ਨੂੰ ਕੁਝ ਨਹੀਂ ਪਤਾ? ਆਹ 70 70 ਸਾਲ ਦੇ ਹੋਏ ਬੈਠੇ ਆ,
जो ना पराली लोट आचिंग कर दो ਮਲਚੀ ਦਾ ਮਤਲਬ ਵਿਚਰ ਲਾ ਦਿਓ ਮਿਕਸ ਕਰ ਦਿਓ ਮਿਕਸ ਕਰ ਦਿਓ ਇਹਨਾਂ ਡੀਜ਼ਲ ਅਸੀਂ ਕਿੱਥੋਂ ਲੈ ਕੇ ਗਏ ਡੀਜ਼ਲ 86 ਰੁਪਏ ਆ ਸਾਨੂੰ ਕਿਹੜਾ ਸਬਸਿਡੀ ਦਿੱਤੀ ਜਾਂਦੀ ਆ ਮਤਲਬ ਕਿੰਨਾ ਖਰਚਾ ਜੇ ਆਪਾਂ ਕਹਿ ਦਈਏ ਮਲਚਿੰਗ ਕਰਨ ਦਾ ਕਿੰਨਾ ਖਰਚਾ ਹੈ ਇੱਕ ਕਿੱਲੇ ਦਾ ਕਿੰਨਾ 5-6000 ਰੁਪਏ ਖਰਚ ਆਉਂਦਾ ਕਿੱਲੇ ਦਾ ਜੇ ਹੁਣ ਤੁਸੀਂ ਉਹ ਮਲਚਿੰਗ ਕਰਨੀ ਹੋਵੇ ਤਾਂ ਆਪਾਂ ਸਰਕਾਰ ਨੂੰ ਐ ਕਹਿ ਦਈਏ ਮਲਚਿੰਗ ਕਿਸਾਨ ਕਰ ਲੈਣਗੇ ਤੁਸੀਂ ਖਰਚਾ ਦੇ ਦਿਓ ਇਹ ਗੱਲ ਜਾਇਜ਼ ਅਸੀਂ ਕਰ ਸਕਦੇ ਸਾਨੂੰ ਸਬਸਿਡੀ ਵੀ ਦੇਵੇ ਕੀ ਦਿੱਕਤ ਹੋ ਸਕਦੀ ਇਸ ਚੀਜ਼ ਦੀ ਆ ਸਾਨੂੰ ਜੇ ਖਰਚਾ ਮਿਲੂਗਾ ਚਾਹੜ ਦਾ ਮੱਥਾ ਹੈ 2 ਦਿਨ ਵੱਧ ਵੱਧ ਜਾਊਗਾ 2 ਦਿਨ ਹੋਰ ਮਾਰ ਲਾਂਗੇ ਮੱਥਾ ਮਾਰਨ ਲਈ ਤਿਆਰ ਹੈ ਸਾਡੀ ਮੈਂ ਦੱਸਦਾ ਖਰਚਾ ਕਰਨ ਲਈ ਵੀ ਤਿਆਰ ਹੈ ਪਰ ਖਰਚਾ ਜੀ ਕਰਕੇ ਕਿ ਤੁਸੀਂ ਠੇਕੇ ਦੇ ਬਾਹਣ ਲੈਣੇ ਆ 70,000 ਰੁਪਏ ਨੂੰ ਠੇਕੇ ਦੇ ਕਿੱਲਾ ਬਾਹਣ ਦਾ ਮਿਲਦਾ ਉਹ ਜੋ ਦੋਨੇ ਫਸਲਾਂ ਦੇ ਵਿੱਚੋਂ ਕੁੱਲ ਮਿਲਾ ਕੇ ਸਾਰਾ ਵਾਧਾ ਘਾਟਾ ਤੁਹਾਨੂੰ ਵਾਧਾ ਘਾਟਾ ਵੀ ਸਾਰਾ ਲਿਖ ਕੇ ਦੇ ਦਾਂਗੇ ਕਾਗਜ਼ ਤੇ ਸਾਨੂੰ 10-12,000 ਰੁਪਇਆ ਕਿੱਲੇ ਦੇ ਮਗਰ ਬਚਦਾ ਸਾਲ ਦੀ ਮਿਹਨਤ ਕਰਨ ਦਾ ਦੋਨੇ ਫਸਲਾਂ ਦਾ ਕਿੱਲੇ ਦੇ ਠੇਕੇ ਵਾਲੇ ਚੋਂ ਠੀਕ ਹੈ ਹੁਣ 5-6,000 ਰੁਪਇਆ ਅਸੀਂ ਝੋਨੇ ਵਾਲੀ ਫਸਲ ਦੀ ਜਿਹੜੀ ਵਿੱਚ ਵਾਹੁਣਾ ਹੈਗਾ ਪਰਾਲੀ ਉਹਦੇ 'ਤੇ ਲਾ ਦੇਗੇ ਠੀਕ ਹੈ ਤੇ 2-4,000 ਸਾਨੂੰ ਕਣਕ ਵੇਲੇ ਵੀ ਫਿਰ ਲਾਉਣਾ ਪਊਗਾ ਜੇ ਅੱਗ ਨਹੀਂ ਲਾਉਣੀ ਤਾਂ ਠੀਕ ਹੈ ਤੇ ਸਾਨੂੰ ਫਿਰ ਬਚਿਆ ਕੀ ਠੇਕੇ ਵਾਲੇ ਬੰਦ ਸਾਨੂੰ ਬਚੂ ਕੀ ਕਹਿਣ ਦਾ ਭਾਵ ਤੁਸੀਂ ਬਰਾਬਰ ਹੋ ਜਾਓਗੇ ਕੱਲਾ ਸਾਡੀ ਕੁੱਤੇ ਭਗਾਈ ਰਹਿ ਜੂ ਕੱਲੇ ਮਿਲ ਕੇ ਝੂਟੇ ਫਰੀ ਰਹਿ ਜਾਣਗੇ ਹੋਰ ਕੁਛ ਨਹੀਂ ਸਾਡੇ ਕੋਲ ਫਿਰ ਟਰੈਕਟਰਾਂ ਦੇ ਝੂਟੇ ਕੱਲੇ ਟਰੈਕਟਰਾਂ ਦੇ ਝੂਟੇ ਰਹਿ ਜਾਣਗੇ ਅੱਛਾ ਆਪਾਂ ਨਾਲ ਆਪਣੇ ਹੋਰ ਬਾਪੂ ਜੀ ਬੈਠੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਬਾਪੂ ਜੀ ਜਿਵੇਂ ਮੁੰਡੇ ਨੌਜਵਾਨ ਕਹਿੰਦੇ ਆ ਨਾ ਵੀ ਇਹਦਾ ਹੱਲ ਨਹੀਂ ਕੋਈ ਪਰਾਲੀ ਨੂੰ ਅੱਗ ਲਾਏ ਤੋਂ ਬਿਨਾਂ ਹੈ ਨਹੀਂ ਪੱਕੀ ਹੱਲ ਬਿਲਕੁਲ ਸਹੀ ਗੱਲ ਹੈ ਜੀ ਅੰਕਲ ਜੀ ਆਏ ਨੇੜੇ ਤੁਸੀਂ ਵੀ ਆਪਾਂ ਗੱਲਬਾਤ ਕਰਦੇ ਤੇ ਮਤਲਬ ਵੀ ਲਾਉਣੀ ਪੈਂਦੀ ਹੈ ਬਿਲਕੁਲ ਜੀ ਸਿੱਖਾਂ ਦੀ ਡੱਬੀ ਕੰਮ ਕਰੂਗੀ ਹੋਰ ਸਾਡਾ ਲਾਜ ਹੀ ਕੋਈ ਨਹੀਂ ਸਿੱਖਾਂ ਵਾਲੀ ਡੱਬੀ ਇਸ ਵਕਤ ਜਿਹੜਾ ਸਭ ਤੋਂ ਮਜ਼ਬੂਤ ਹੱਲ ਸਭ ਤੋਂ ਭਰੋਸੇਮੰਦ ਜਿਹੜਾ ਹੱਲ ਹੈ ਪਰਾਲੀ ਦਾ ਉਹ ਹੈ ਤੇ ਅੰਕਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਾਦਿੱਤਾ ਸਿੰਘ ਹੈ ਜੀ ਗੁਰਾਦਿੱਤਾ ਸਿੰਘ ਜੀ ਪਰਾਲੀ ਦਾ ਤੁਹਾਨੂੰ ਕੀ ਲੱਗਦਾ ਜਿਵੇਂ ਆਪਾਂ ਬਾਕੀਆਂ ਨਾਲ ਗੱਲਬਾਤ ਕੀਤੀ ਹੈ ਵੀ ਪਰਾਲੀ ਨੂੰ ਅੱਗ ਲਾਉਣ ਤੋਂ ਸਿਵਾਏ ਕੋਈ ਹੋਰ ਹੱਲ ਨਿਕਲਦਾ ਤੁਹਾਡੀ ਨਿਗਾਹ 'ਚ ਕੀ ਹੈ ਹੱਲ ਤਾਂ ਹੈਗੇ ਆ ਜੀ ਮਸ਼ੀਨਰੀ ਦੀ ਘਾਟ ਹੈ ਮਤਲਬ ਮਸ਼ੀਨਰੀ ਪਰਾਲੀ ਹਾਂ ਸਾਂਭਣ ਵਾਸਤੇ ਮਸ਼ੀਨਰੀ ਮਤਲਬ ਪੂਰੀ ਹੋਵੇ ਤਾਂ ਫਿਰ ਸਾਂਭਦੀ ਹੈ ਥੋੜਾ ਦੱਸੋਗੇ ਵੀ ਕਿਵੇਂ ਕਿਸ ਤਰ੍ਹਾਂ ਦੀ ਮਸ਼ੀਨਰੀ ਚਾਹੀਦੀ ਹੈ ਕਿਵੇਂ ਆਉਣੀ ਚਾਹੀਦੀ ਹੈ ਥੋੜਾ ਜਿੰਨੀ ਮਸ਼ੀਨਰੀ ਵੀ ਮਤਲਬ ਇਹਦੀ ਬਣੀ ਹੈ ਪਰਾਲੀ ਨੂੰ ਸਾਂਭਣ ਵਾਸਤੇ ਉਹ ਮਤਲਬ ਵਧੇ ਤਾਂ ਫਿਰ ਹੱਲ ਹੋਊ ਮਤਲਬ ਵੀ ਜਿਵੇਂ ਆਪਾਂ ਕਹਿ ਲਈਏ ਕੋਈ ਕੋਈ ਟਰੈਕਟਰ ਆ ਜਾਂ ਕੋਈ ਮਸ਼ੀਨ ਹੈ ਉਹ ਸੁਸਾਇਟੀ ਵਗੈਰਾ 'ਚ ਆ ਜਾਂਦਾ ਕੰਮ ਚੱਲਦਾ ਹਾਂ ਹਾਂ ਸੁਸਾਇਟੀ 'ਚ ਮਸ਼ੀਨਾਂ ਦਿੱਤੀਆਂ ਇੱਕ ਜਾਂ ਦੋ ਦਿੱਤੀਆਂ ਉਹ ਇੱਕ ਮਸ਼ੀਨ 5 ਜਾਂ 4 ਕਿੱਲੇ ਬੀਜਦੀ ਹੈ ਤੇ 5-4 ਕਿੱਲਿਆਂ ਨਾਲ ਸਾਰੇ ਪਿੰਡ ਦੀ ਤਾਂ ਮਤਲਬ ਫਸਲ ਬੀਜੀ ਨਹੀਂ ਜਾਂਦੀ 5-6 ਹਜ਼ਾਰ ਕਿੱਲਾ ਨਿਕਲਦੀ ਨੇ 5-6 ਹਜ਼ਾਰ ਕਿੱਲਾ ਹਾਂ ਠੀਕ ਉਸ ਹਿਸਾਬ ਨਾਲ 1000 ਕੁ ਦਿਨ ਚਾਹੀਦਾ ਇੱਕ ਟਰੈਕਟਰ ਨੂੰ ਹੈ ਨਾ 1000 ਕੁ ਦਿਨ 3 ਕੁ ਸਾਲਾਂ ਦੇ ਵਿੱਚ ਕਿੱਲੇ ਦੀ ਵਾਰੀ ਆਊਗੀ ਹਾਂ ਇਹਨਾਂ ਦੀ ਵੀ ਗੱਲ ਕਿਤੇ ਨਾ ਕਿਤੇ ਜਾਇਜ਼ ਆ 3 ਸਾਲ ਤਾਂ ਬਹੁਤ ਜ਼ਿਆਦਾ ਲੰਬੇ ਹੋ ਜਾਂਦੇ ਜਿਹੜੀ ਨਾ ਡੇਟ ਲੇਟ ਕਰੀਏ ਝੋਨੇ ਦੀ ਹਾਂਜੀ ਉਹਦਾ ਕਰਕੇ ਇਹ ਮਤਲਬ ਸਾਨੂੰ ਮੁਸ਼ਕਲ ਜ਼ਿਆਦਾ ਆਉਂਦੀ ਹੈ ਠੀਕ ਹੈ ਹਾਂ ਅਸੀਂ ਸਾਨੂੰ ਰੌਣੀ ਸਿੱਧੀ ਕਰਨੀ ਪੈਂਦੀ ਹੈ ਉਹਦੇ ਕਰਕੇ ਰੌਣੀ ਇਹ ਪਰਾਲੀ ਗਿੱਲੀ ਹੋ ਜਾਂਦੀ ਹੈ ਉਹ ਸਾਥੋਂ ਲੋਟ ਨਹੀਂ ਆਉਂਦੀ ਮਤਲਬ ਮੋਇਸਚਰ ਵਧ ਜਾਂਦਾ ਆਪਾਂ ਝੋਨੇ ਦੇ ਨੇੜੇ ਵੀ ਚੱਲਦੇ ਆ ਹਾਂ ਪਹਿਲਾਂ ਲੱਗਿਆ ਹੋਵੇ ਝੋਨਾ ਤਾਂ ਅਸੀਂ ਰੌਣੀ ਮਤਲਬ ਇਹਨੂੰ ਝੋਨੇ ਨੂੰ ਵੱਢ ਕੇ ਕਰਕੇ ਅੱਛਾ ਪਰਾਲੀ ਗਿੱਲੀ ਨਹੀਂ ਹੁੰਦੀ ਤਾਂ ਪਰਾਲੀ ਕੇ ਵੱਢਦੇ ਰਹੇ ਆ ਅਸੀਂ ਇਹਦਾ ਕਿਹਦਾ ਝੋਨਾ ਤੁਹਾਡਾ ਇਹ ਹਾਂ ਮੇਰਾ ਕਿੰਨਾ ਮੋਇਸਚਰ ਇਹਦਾ ਮੋਇਸਚਰ 22 ਕੱਢਿਆ ਇਹਦਾ ਤੇ ਫਿਰ ਚਾਹੀਦਾ ਤਾਂ 17 ਨਹੀਂ ਹੁੰਦਾ 17 ਚਾਹੀਦਾ ਫੇਰ ਹੀ ਲਿਖਦਾ ਤੇ ਫਿਰ ਤੁਸੀਂ ਏਡੀ ਕਾਲ ਕੀ ਤੁਹਾਨੂੰ ਵੇਟ ਕਰ ਲੈਂਦੇ ਆ ਉਹ ਕਾਲ ਆਉਂ ਕਾਦੀ ਆ 17 ਤਾਂ ਆਉਂਦਾ ਹੀ ਨਹੀਂ ਇਹਨੂੰ ਝਾਰ ਲਾ ਕੇ ਰੱਖਦੇ ਹੁਣ ਤਾਂ 22 ਆ ਉਹ ਸਰਕਾਰ ਇੱਕ ਮਿੰਟ ਝਾਰ ਲਾ ਕੇ ਹੁਣ ਲਾ ਹੁਣ ਤਾਂ 22 ਦਾ ਝਾਰ ਲੱਗ ਜੂਗਾ ਪਤਾ ਕਿੰਨਾ ਹੋ ਜੂਗਾ 24 ਮੋਚਰ ਆ ਜਾਂਦਾ ਵੱਧ ਜੂਗਾ ਵੱਧ ਜਾਂਦਾ ਝਾਰ ਲੱਗੇ ਤਾਂ ਕਾਰਨ ਕਿਵੇਂ ਮਸ਼ੀਨਾਂ 'ਚ ਖਰਾਬੀ ਆ ਮਸ਼ੀਨਾਂ 'ਚ ਦਿੱਕਤ ਆ ਝੋਨੇ 'ਚ ਨਹੀਂ ਦਿੱਕਤ ਮਸ਼ੀਨਾਂ 'ਚ ਕਿਵੇਂ ਕਿਹੜੀਆਂ ਜਿਹੜੀਆਂ ਚੈੱਕ ਕਰਨ ਵਾਲੀਆਂ ਚੈੱਕ ਕਰਨ ਵਾਲੀਆਂ ਕਿਵੇਂ ਦੀ ਮਤਲਬ ਉਹਨਾਂ ਦੀ ਰੀਡਿੰਗ ਗਲਤ ਹੈ ਜਾਂ ਕਿਸ ਤਰ੍ਹਾਂ ਦੀ ਗਲਤ ਜਿਵੇਂ EVM ਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਐਵੇਂ ਮੋਇਸਚਰ ਵਾਲੀ ਮਸ਼ੀਨ ਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਹੁਣ ਮੇਰੀ ਗੱਲ ਸਾਨੂੰ ਝੋਨੇ ਨੂੰ ਆਪਾਂ ਐ ਚੱਕ ਕੇ ਐ ਥੱਲੇ ਕੇਰਤਾ ਕਰੀ ਤਾਂ ਉਹ ਸੁੱਕੂਗਾ ਕਿ ਗਿੱਲਾ ਹੋਊਗਾ ਤਾਂ ਆਪਾਂ ਨੂੰ ਆਮ ਸੁੱਕੂਗਾ ਤੇ ਪਰ ਮੋਇਸਚਰ ਉਹਦਾ ਵਧ ਜਾਂਦਾ ਕਿਉਂ ਵੱਧਦਾ ਹੈ ਹੁਣ ਤੁਹਾਨੂੰ ਕਿਹੜੀਆਂ ਮਸ਼ੀਨਾਂ ਦੇ ਭਰੋਸਾ ਵੀ ਉਹ ਵੀ ਮਸ਼ੀਨਾਂ ਦੀ ਆਪਾਂ ਗੱਲ ਕਰ ਲਈਏ ਮਸ਼ੀਨਾਂ ਆ ਦਿੱਤੀਆਂ ਰੱਬ ਨੇ ਦੰਦ ਦਿੱਤੇ 2 ਪੜਾਕਾ ਪਾ ਕੇ ਵੇਖੋ ਵੀ ਦਾਣੇ ਦਾ ਪੈਂਦਾ ਕਿ ਨਹੀਂ ਪੈਂਦਾਗਾ ਸੁੱਕੇ ਗਿੱਲੇ ਦਾ ਇੱਥੋਂ ਪਤਾ ਲੱਗ ਜਾਂਦਾ ਆ ਨੌਜਵਾਨ ਦਾ ਜਿਹੜਾ ਤੁਸੀਂ ਬੜੇ ਮਤਲਬ ਗੌਰ ਨਾਲ ਦੇਖ ਲਓ ਸਰਕਾਰ ਨੂੰ ਮੈਂ ਬੇਨਤੀ ਕਰਦਾ ਵੀ ਦੇਖੋ ਵੀ ਜਿਹੜੀਆਂ ਮਸ਼ੀਨਾਂ ਆ ਮੋਇਸਚਰ ਚੈੱਕ ਕਰਨੀਆਂ ਉਹ ਫੇਲ ਹੈ ਆ ਮੁੰਡੇ ਦੇ ਜਿਹੜੇ ਦੰਦ ਹੈ ਇਹਨਾਂ ਦੇ ਸਾਹਮਣੇ ਸੋ ਇਹ ਕਹਿੰਦੇ ਵੀ ਸਭ ਤੋਂ ਜਿਹੜੇ ਭਰੋਸੇਮੰਦ ਦਾ ਦੰਦ ਹੈ ਵੀ ਇਹ ਦੇਖੋ ਹੁਣ ਕੇ ਜੀਆਂ ਪੁੱਠੀਆਂ ਸਿੱਧੀਆਂ ਇਹਨਾਂ ਕੋਲ ਗੱਲਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਇਹ ਭਾਲਦੇ ਕੀ ਆ ਇਹ ਸਰਕਾਰ ਨੇ ਮਸ਼ੀਨਾਂ ਬਣਾਤੀਆਂ ਇੰਨੇ ਇੰਨੇ ਰੁਪਏ ਲਾ ਕੇ ਏਡੇ ਏਡੇ ਵੱਡੇ ਇੰਜੀਨੀਅਰਾਂ ਨੇ ਮਸ਼ੀਨਾਂ ਬਣਾਈਆਂ ਹਨਾ ਤੇ ਇਹ ਕਹਿੰਦੇ ਵੀ ਉਹਨਾਂ ਦੀ ਲੋੜ ਹੀ ਨਹੀਂ ਦੰਦ ਆਇਆਂ ਕਰਕੇ ਚੱਪ ਲਓ ਯਾਰ ਐਂ ਥੋੜ੍ਹੀ ਹੁੰਦਾ ਯਾਰ ਕਿੰਨਾ ਪੜ੍ਹਿਆ ਯਾਰ ਤੂੰ
यार मैं भावें डका ना पढ़िया होव डका ही नहीं पढ़िया मैं लगता ही डका ही नहीं पढ़िया वाकई नहीं पढ़िया होना मैं डबल एम ए हाँ डबल एम ए नहीं एवें एवें वाला लगता मैं एवं ना एवं गंजा साढ़े का ना एवं गई हाँ क्योंकि देखो आ झोना देखो की है ये कहने भी ए किया तेरा मॉइस्चर वध जाता ए थोड़ी होंगे ये हूँ की भालते मैं समझ नहीं आता किमें बता के दिखाऊंगे मतलब सारा सिस्टम यार इन्होंने हिसाब न कह फेल है सारा मशीनरी सारा आयो फिर तुम भी यार वढ़ के लिया 18 होंगे फिर अगले दिन 19 फिर 20 तो रोज़ वादा नहीं ये मॉइस्चर है मॉइस्चर है कि तरीक है जी नित वधी जाती है थले पे रोज वाधा है मौसम के कारण रोज वाधा ये इतने घाटा सैलर च जाके भी वाधा इतों गट्टे इंस्पैक्टर आ बोली ला ठीक है 17 से ला जो गट्टे भरे जाते हैं ट्राली जाती है उत्थे आके बाई मुक्चर आता वो सैलर वाले ट्राली वापस भेज दिया वो गट्टे इतने बहुत पे आ गट्टे चलो यार आप 100 की एक नबेड़ दें सारा कुछ गलत है तुम झोना लाओ ही ना यार होर कोई फसल कर लो मेरी गल सुन असी तो फसल बीजे खाने जोगी कणक बीजे चौल असी खाने नहीं खाने बाहरलिया स्टेटा ने फिर बीजो ही ना सुनता मेरी सुनी चल गल ये खाने बाहरलिया स्टेटा चौल असी खाने नहीं साडे हरी क्रांति के नाते साडे ते थोपिया गया रात नूं रातां नूं साडे बाणा दे विच यूरिया रेह दे गट्टे सिट्टे जांदे सीगे चोरियों साडे तों सानूं जहर पाउण लाता हुण साडे ते तुसीं पुट्ठे चल दिओगे हुण ना बीजो हुण तां हल कर ते हुण असीं किधर जागे किधर फिर साडे कोल हाली कोई यार इन्नियां फसलां आपां झोना आपां तां यार सानूं मेरी गल सुण अगे क्वांटल कणक के बदले ढोल तेल का आया था अच्छे क्वांटल कणक के बदले वेख ला कि तेल आऊगा जेडे हिसाब नाल महंगाई है सानूं सारा मर के बीजना पैंदा है की करके जागे किधर नूं असीं मैं इन्होंने सहमत है क्योंकि काश ये मुंडा नौजवान पढ़िया लिखा होंदा तो यह बदलवी खेती कर लेंदा पर अनपढ़ होने करके बेचारा इन्हू झोने कणक तो इलावा मेरे शायद कोई गल नहीं आती मेरे तुम कि पढ़े मई बी ए पास बी ए पास हाँ जी हाँ जी लगता नहीं बी मैनू एवं मतलब झूठ बोली जाते हथ क्यों पढ़िया दबंग पत्रकार है मैं हथ क्यों पढ़िया